अमृतसर के पिंड संगतपुरा फतेहगढ़ चूड़िया रोड के उत्ते स्थित सरकारी स्कूल के पढ़ते एक एससी समाज के नाल संबंधित बच्चे के पिंड ही रहने वाले एक नौजवान के वलों बिना किसी गल तो थप्पड़ मार दिता गया। यह मामला सामने आने तो बाद जानकारी देते हुए पीड़ित बच्चे के पिता ने दसिया कि उसका बच्चा पिंड के नज़दीक सरकारी स्कूल दे विच पढ़ता है और पिंड के ही नौजवान दे वल्लों मेरे बच्चे दे स्कूल जा बिना किसी गल दे थप्पड़ मार दिता गया। उन्होंने यह भी दोष लगाए कि स्कूल स्टाफ दे वल्लों भी उन्होंने बच्चे दे नाल दुरव्यवहार किया गया है। परिवारक मैंबरां ने होर की कुछ किया है, आओ जरा तुहानू ओ सुना दिंदे आ। अमृतसर तो अज की आवाज़ के लिए विनोद कुमार की रिपोर्ट। मेरा नाम चंद सिंह। केड़ा पिंड है? संगतपुरा। केड़े स्कूल पढ़दा? सरकारी सीनियर सेकेंडरी स्कूल संगतपुरा। की गल है जी? अहीं कल्ली बाहरों आए हाँ ग्राउंड चों, तो मैनू आंदे किधरों आए जी, तो असीं आख्या ग्राउंड चों, तो मैनू आंदे बारहवीं दीआं कुड़ियां आईआं, तो मैं आख्या भी मैनू नहीं पता, तो इन्हें मेरे मारती चपेट जोरना, तो मेरा कन्न पीड़ हुंदा सी, तो मैनू आंदा मैनू आंदा कुत्ते चिड़ो ये पढ़न आते जी, तो मुड़ के मैनू आंदा भी एक हूँ चार कश्मीर सर न सद के लिया, एक मुंडे ने भेजा बारहवीं वाले को, तो उन्हें कश्मीर सर न बुला के लिया, तो मैनू आंदा कश्मीर सर आँदी भी की आख्या तू इन इनू, तो मैं आख्या सर जी मैं नहीं आख्या कुछ, तो कश्मीर सर आँदे भी कश्मीर सर आंदा भी जेडे मुंडे आना जड़े जड़ा विचकार खड़ता यदा ये दो चपड़ा छड़ो ये कुंडा पुठा, तो जड़े दूसरे साइडा खड़ोते उन्होंने कला च घल दो। किन्ने मारी चपेट दे? मेरे मारी आ उन्नी गोल्टी ने। कितों का गोल्टी? संगतपुरे का। कोई कार्रवाई नहीं हुई? कोई हुई है, उन्होंने पुलिस कंप्लेंट की है? नहीं की। कार्रवाई है? कोई सुनवाई नहीं हुई? कोई सुनवाई नहीं हुई? ਸਰਦਾਰ ਜੀ ਕੀ ਮਾਮਲਾ ਜਿਹੜਾ ਸਕੂਲ ਦੇ ਵਿੱਚ ਅੱਜ? ਮਾਮਲਾ ਮਹਾਰਾਜ ਜੀ, ਮੇਰਾ ਖੁਦ ਦਾ ਬੇਟਾ ਸੀ ਇੱਥੇ ਸਕੂਲ ਦੇ ਵਿੱਚ ਪੜ੍ਹਦਾ ਸੱਤਵੀਂ ਕਲਾਸ ਦੇ ਵਿੱਚ, ਅਤੇ ਅੱਛਾ ਜੀ, ਇੱਕ ਗੁੰਡਾਗਰਦੀ ਵਾਲੇ ਅਨਸਰ ਨੇ ਆਣ ਕੇ ਅਤੇ ਉਹਦੇ ਥੱਪੜ ਮਾਰੇ, ਜੋ ਕਿ ਉਹਨੂੰ ਸੁਸ਼ੀਲ ਕੁੜੀਆਂ ਬਾਰੇ ਗੱਲਾਂ ਪੁੱਛਣ ਲੱਗਾ, ਅਤੇ ਉਹਨਾਂ ਨੇ ਉਹਦੇ ਤੋਂ ਆਨਾਕਾਨੀ ਕੀਤੀ ਦੱਸਣ ਤੋਂ, ਉਹਨੇ ਚਪੇੜਾਂ ਮਾਰਤੀਆਂ। ਇਸ ਗੱਲ ਦਾ ਇਹ ਚੇਅਰਮੈਨ ਸਾਹਿਬ ਆ, ਇਹਨਾਂ ਦੀ ਵੀ ਨੌਲੇਜ 'ਚ ਆ, ਸਾਰੇ ਸਟਾਫ ਦੀ ਨੌਲੇਜ 'ਚ ਆ, ਪਰ ਸਟਾਫ ਨੇ ਉਹਦੀ ਗੁੰਡਾਗਰਦੀ ਤੋਂ ਡਰਦਿਆਂ ਕੋਈ ਵੀ ਐਕਸ਼ਨ ਨਹੀਂ ਲਿਆ, ਅਤੇ ਫਿਰ ਆਪਾਂ ਆਪਣੀ ਪਾਰਟੀ ਦੇ ਨਾਲ ਸਾਰੇ ਆ ਵਾਲਮੀਕ ਸਮਾਜ ਦੀ ਸੰਸਥਾ ਬਾਬਾ ਜੀ ਨਾਲ ਹਰਦੇਵ ਸਿੰਘ ਨਾਲ ਵੀ ਗੱਲ ਕੀਤੀ, ਅਤੇ ਆਪਣੇ ਪਿੰਡ ਦੇ ਜਿਹੜੇ ਮੋਢ ਮੇਰੇ ਆ ਇੰਦਰਜੀਤ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ, ਪੰਚਾਇਤ ਮੈਂਬਰ, ਇਹਨਾਂ ਸਾਰਿਆਂ ਨਾਲ ਗੱਲ ਕੀਤੀ, ਅਤੇ ਕਹਿੰਦੇ ਵੀ ਇਹਦੇ 'ਤੇ ਐਕਸ਼ਨ ਲੈਣਾ ਚਾਹੀਦਾ, ਇਹਨਾਂ ਐਸੀ ਸਮਾਜ ਦੇ ਨਾਲ ਤਾਂ ਅੱਗੇ ਬਹੁਤ ਧੱਕੇ ਹੋ ਰਹੇ ਨੇ, ਅਤੇ ਸਕੂਲ ਦੇ ਵਿੱਚ ਆਣ ਕੇ ਜਿਹੜੀ ਉਹਨੇ ਚਪੇੜ ਮਾਰੀ ਹੈ ਬਹੁਤ ਤਕੜੀ ਗਲਤੀ ਆ ਉਹਦੀ, ਅਤੇ ਉਹਦੇ ਉੱਤੇ ਜੋ ਬਣਦੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ, ਅਤੇ ਹੋਣੀ ਵੀ ਚਾਹੀਦੀ ਆ, ਗਾਂਹ ਵਾਸਤੇ ਕੋਈ ਕਿਸੇ ਦੇ ਨਾਲ ਧੱਕਾ ਨਾ ਕਰੇ, ਕਿਉਂਕਿ ਇਸ ਤਰ੍ਹਾਂ ਹੀ ਦਿਲ ਵੱਜ ਜਾਂਦੇ ਆ, ਅਤੇ ਮੁੜ ਕੇ ਐਸੀ ਸਮਾਜ ਦੇ ਬੱਚੇ ਜਿਹੜੇ ਜ਼ਿਆਦਾ ਚੁੱਕ ਚੁੱਕ ਕੇ ਵੇਚੇ ਜਾ ਰਹੇ ਆ, ਮੈਨੂੰ ਤਾਂ ਸ਼ੱਕ ਇੱਦਾਂ ਪੈਂਦਾ ਵੀ ਹੋ ਸਕਦਾ ਉਹਨੇ ਬੱਚੇ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਤਾਂ ਹੌਲ ਮਾਰ ਕੇ ਵੀ ਬੱਚਾ ਬੇਹੋਸ਼ ਹੋ ਜੇ, ਅਤੇ ਆਪਾਂ ਇਹਨੂੰ ਚੁੱਕ ਕੇ ਅਤੇ ਵੇਚ ਦਈਏ। ਇਸ ਸੰਬੰਧੀ ਕੋਈ ਦਰਖਾਸਤ ਦਿੱਤੀ ਪੁਲਿਸ ਕੰਪਲੇਂਟ ਕੀਤੀ? ਕੋਈ ਐਸ ਐਸ ਪੀ ਸਾਹਿਬ ਨੂੰ, ਐਸ ਪੀ ਜਗਰਾਜ ਸਿੰਘ ਡੀ ਸਾਹਿਬ ਨੂੰ ਕੱਲ੍ਹ ਉਹਦੇ ਨਾਲ ਮੀਟਿੰਗ ਬਾਬਾ ਜੀ ਦੀ ਹੋਈ ਸੀ, ਉਹਨਾਂ ਆਖਿਆ ਵੀ ਕੋਈ ਧਰਨੇ ਦਾ ਤੁਸੀਂ ਨਾ ਪਲੈਨ ਬਣਾਇਓ ਬਾਬਾ ਜੀ, ਅਤੇ ਜਿਹੜੇ ਮਸਲੇ ਤੁਹਾਡੇ ਉੱਦਾਂ ਹੀ ਹੱਲ ਹੋਣਗੇ, ਅਤੇ ਚਾਰ ਪੰਜ ਮਸਲੇ ਉਹ ਸਤਿਕਾਰਯੋਗ ਨੇ ਉਹਨਾਂ ਨੇ ਕਰਤੇ ਨੇ, ਅਤੇ ਇਹ ਮਸਲਾ ਜਿਹੜਾ ਇਹ ਕੱਲ੍ਹ ਹੀ ਉਹਨਾਂ ਦੇ ਧਿਆਨ 'ਚ ਲਿਆਂਦਾ ਆ, ਹੋ ਸਕਦਾ ਵੀ ਮਾਲਕ ਕਿਰਪਾ ਕਰਦੇ ਉਹਨਾਂ ਦੇ ਉੱਤੇ ਸੱਚਾਈ ਦਾ ਮਸਲਾ 'ਤੇ ਵੀ ਕਰ ਦੇਣ। ਕੀ ਕਾਰਨ ਹੈ ਚਪੇੜ ਮਾਰਨ ਦਾ ਜੀ? ਕੋਈ ਨਹੀਂ ਜੀ, ਕੁੜੀਆਂ ਬਾਰੇ ਪੁੱਛਦਾ ਸੀ ਬੱਚੇ ਨੂੰ, ਬੱਚਾ 12 ਸਾਲ ਦਾ, ਉਹ 35 ਸਾਲ ਦਾ, ਬੱਚੇ ਦਾ ਤਾਂ ਉਹਦਾ ਜਰਾਨਾ ਕੋਈ ਨਹੀਂ, ਨਾ ਕੋਈ ਉਹਦਾ ਲੈਵਲ ਹੀ ਆ। ਇਸ ਸੰਬੰਧੀ ਸਕੂਲ ਦੇ ਘਰ ਨਾਲ ਗੱਲ ਕੀਤੀ ਤੁਸੀਂ? ਕੀਤੀ ਹੈ ਜੀ, ਉਹ ਮੇਰੇ ਕੋਲ ਸਰ ਦੀਆਂ ਜਿਹੜਾ ਕਸ਼ਮੀਰ ਸਰ ਨੇ ਉਹਨਾਂ ਦੀ ਰਿਕਾਰਡਿੰਗ ਵਗੈਰਾ ਹੈਗੀ ਫੋਨ ਦੇ ਉੱਤੇ, ਉਹਨਾਂ ਆਖਿਆ ਵੀ ਚਪੇੜ ਮਾਰੀ ਆ ਜੋ ਵੀ ਆ, ਅਤੇ ਜੇ ਉਹ ਵਾਈਟ ਦਿੰਦੇ ਤਾਂ ਤੁਸੀਂ ਲੈ ਸਕਦੇ ਜੀ, ਮੈਂ ਨਹੀਂ ਇਹਦੇ ਬਾਰੇ ਕੁਛ ਅੱਗੇ ਕਹਿ ਸਕਦਾ ਵੀ ਉਹਨਾਂ ਵਾਈਟ ਦੇਣ ਜਾਂ ਨਾ ਦੇਣ। ਕੀ ਆਪਣਾ ਸੰਘਰਸ਼ ਹੋਏਗਾ ਅੱਗਾ ਜੇ ਕਾਰਵਾਈ ਨਹੀਂ ਹੁੰਦੀ? ਤਾਂ ਜੇ ਨਹੀਂ ਹੁੰਦੀ ਤਾਂ ਫਿਰ ਆਪਾਂ, ਚਲੋ ਗੱਲ ਤਾਂ ਸਾਡੀ ਸਾਹਿਬ ਨਾਲ ਹੋਈ ਆ ਕਿ ਆਪਾਂ ਕੋਈ ਧਰਨੇ ਦਾ ਕਿਤੇ ਵੀ ਇਸ਼ੂ ਨਹੀਂ ਬਣਾਉਣਾ, ਸਾਡੇ ਜੇ ਸੱਚਾਈ ਦੇ ਮਸਲੇ ਉੱਦਾਂ ਹੀ ਹੱਲ ਹੋਣਗੇ, ਅਤੇ ਜੇ ਨਹੀਂ ਤਾਂ ਸਾਨੂੰ ਮਜਬੂਰ ਬਣਾਉਣਾ ਪਊਗਾ। ਸਰ ਕੀ ਮਾਮਲਾ ਸਾਰਾ ਸਕੂਲ ਦੇ ਵਿੱਚ ਜਿਹੜੇ ਬੱਚੇ ਦੇ? ਇੱਕ ਬੰਦਾ ਜਿਹੜਾ ਆਇਆ ਸੀ ਮੈਮ ਨੂੰ ਮਿਲਣ ਵਾਸਤੇ, ਉਹਦਾ ਨਾਮ ਸੀ ਸ਼ਾਇਦ ਗੋਲਡੀ ਸੀ, ਤਾਂ ਉਹਨੇ ਇਸ ਬੱਚੇ ਨੇ ਚਪੇੜ ਮਾਰੀ ਸੀ। ਕਦ ਤੋਂ ਮਾਰੀ ਇਹ ਵੀ ਦੱਸਿਆ ਜਾਵੇ ਕੀ ਕਾਰਨ ਹੈ ਸਰ? ਨਹੀਂ ਕਦ ਤੋਂ ਚਪੇੜ ਮਾਰੀ ਸੀ ਇਹ ਤਾਂ ਤੁਹਾਨੂੰ ਕੀ ਕਾਰਨ ਹੈ, ਕਦ ਤੋਂ ਮਾਰੀ ਸਰ ਚਪੇੜ? ਮੈਨੂੰ ਕੋਈ ਪਤਾ ਨਹੀਂ ਜੀ। ਸਰ ਕੋਈ ਤੁਹਾਡੇ ਵੱਲੋਂ ਵੀ ਉਹਨੂੰ ਛੋਟਾ ਵੀ ਮਾਰੀ ਗਈ ਛੋਟੀ? ਨਹੀਂ ਜੀ, ਮੈਂ ਤੇ ਅਸੀਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਜੀ। ਕੋਈ ਹੋਰ ਸਰ ਦੇ ਵੱਲੋਂ ਜਿਹੜਾ ਕੀਤਾ ਗਿਆ ਟੌਰਚਰ ਕੀਤਾ ਗਿਆ? ਸੀ ਉਹ ਬੰਦੇ ਨੇ ਚਪੇੜ ਮਾਰੀ ਸੀ, ਉਸ ਬੰਦੇ ਨੇ ਜਿਹੜਾ ਸੀ ਉਹ ਚਪੇੜ ਮਾਰੀ ਸੀ। ਤੇ ਹੁਣ ਸਰ ਆਪਣੇ ਸਕੂਲ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕੀਤੀ ਜਾ ਰਹੀ ਸਕੂਲ ਵੱਲੋਂ ਕੀ ਕਾਰਵਾਈ? ਅਸੀਂ ਤਾਂ ਬੱਚਿਆਂ ਨੂੰ ਪੜਾਉਂਦੇ ਜੀ, ਇਹਨਾਂ ਨੂੰ ਪਿਆਰ ਕਰਦੇ ਆ, ਬਾਹਰੋਂ ਕੋਈ ਬੰਦਾ ਆ ਕੇ ਕਈ ਵਾਰੀ ਇਸ ਤਰ੍ਹਾਂ ਦੀ ਹਰਕਤ ਕਰ ਦਿਓ, ਮੈਂ ਤੁਹਾਨੂੰ ਦੱਸਦਾ ਜੀ ਕੀ ਮਾਮਲਾ ਸਾਰਾ ਜੀ। ਉਹਦਾ ਮੁੰਡੇ ਨਾਲ ਗੋਲਡੀ ਜੈ ਵਾਲਮੀਕੀ, ਹਰ ਹਰ ਵਾਲਮੀਕੀ, ਮੈਂ ਗੋਲਡੀ ਸਿੰਘ ਲਾਡੀ ਭੁੱਲਰ ਚੇਅਰਮੈਨ ਪੰਜਾਬ ਵਾਲਮੀਕੀ ਤੀਰਥੋਂ
महारिषि भगवान सर्व सांझा केंद्र ट्रस्ट साढ़े आदरणीय बाबा जी हरदेवनाथ जी कौमी चेयरमैन साढ़े नाल अं अज संगतपुरे पिंड आए हैं जी। संगतपुरे पिंड एक सरकारी स्कूल है, सरकारी स्कूल एक जिमीदार बंदा आके साढ़े काश्तक भाईचारा छोटा बच्चा जिन्हों चपेड़ मार के जिदा चपेड़ मार के पेशाब कट दिता जाता तो मुंडे नूं घबराहट दे नाल मुड़ के बच्चे उन्हों कोई मेडिसिन लैके देंदे आ ते सानू बच्चे ने यह आख्या वा कि आके मैनू कोई कुड़ियां कड़ियां बारे जनानियां बारे पुछदा ही ते मैं उहदा ना जवाब देण कारण उन्हें मेरे चपेड़ मारती ते नाल ही मुंडे का बाथरूम निकलिया। तो जिहड़ा अपना मास्टर हैगा जी मास्टर साहब कश्मीर सर मास्टर हैगा ये मुंडा कहिंदा भी वह बंदे दे गोल्डी दे कारण उन्हें गोल्डी ने आख्या भी ये बच्चे का एक कटापा लाओ तो ये कश्मीर सर ने उहदे डंडा भी मारिया। जय वाल्मीकि हर हर वाल्मीकि।